ਮਾਣਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਬਲਵਿੰਦਰ ਸਿੰਘ ਜੀ ਅਤੇ ਸਾਡੇ ਮਿਡ ਡੇ ਮੀਲ ਮੈਨੇਜਰ ਸ਼੍ਰੀ ਰਕੇਸ਼ ਕੁਮਾਰ ਜੀ ਬਲਾਕ ਸ਼ਾਹਕੋਟ 2 ਦੀ ਯੋਗ ਅਗਵਾਈ ਵਿੱਚ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ 2 ਵਿਖੇ ਕੁੱਕ ਕਮ ਹੈਲਪਰ ਦਾ ਅੱਜ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਤਹਿਤ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਰੀਆਂ ਹੀ ਕੁੱਕ ਕਮ ਹੈਲਪਰਸ ਨੂੰ ਸੱਦਿਆ ਗਿਆ ਸੀ ਵੀ ਆਪਣਾ ਜੋ ਸਿਹਤ ਬੀਮਾ ਯੋਜਨਾ ਹੈ ਉਸਦਾ ਲਾਭ ਉਠਾਉਂਦੇ ਹੋਏ ਆਪਣੇ ਕਾਰਡ ਅੱਜ ਇੱਥੇ ਬਣਾਉਣ ਅਤੇ ਇਸ ਬੀਮਾ ਯੋਜਨਾ ਦਾ ਬਹੁਤ ਹੀ ਫਾਇਦਾ ਹੈ ਕਿ ਇਸ ਦੇ ਦੌਰਾਨ ਇਸ ਦੇ ਵਿੱਚ 5 ਲੱਖ ਤੱਕ ਦਾ ਸਿਹਤ ਬੀਮਾ ਹੁੰਦਾ ਹੈ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਭਾਰਤ ਸਰਕਾਰ ਵੱਲੋਂ ਸਮੂਹ ਫੈਮਿਲੀ ਮੈਂਬਰਾਂ ਨੂੰ ਇਸ ਦਾ ਲਾਭ ਦਿੱਤਾ ਜਾਂਦਾ ਇਸ ਵਿੱਚ 5 ਲੱਖ ਦਾ ਇਲਾਜ ਤੁਸੀਂ ਕਿਤੇ ਵੀ ਕਿਸੇ ਵੀ ਹਸਪਤਾਲ ਵਿੱਚ ਸਰਕਾਰੀ ਚਾਹੇ ਪ੍ਰਾਈਵੇਟ ਤੁਸੀਂ ਕਰਵਾ ਸਕਦੇ ਹੋ ਅੱਜ ਦੋਨਾਂ ਬਲਾਕਾਂ ਦੇ ਸ਼ਾਹਕੋਟ 1 ਅਤੇ 2 ਦੇ ਕੁੱਕ ਕਮ ਹੈਲਪਰ ਨੂੰ ਇੱਥੇ ਬੁਲਾਇਆ ਗਿਆ ਸੀ ਕੈਂਪ ਲਗਾਉਣ ਕਾਰਡ ਬਣਾਉਣ ਵਾਸਤੇ ਅਤੇ ਸਾਰੀਆਂ ਕੁੱਕ ਕਮ ਹੈਲਪਰਸ ਬੀਬੀਆਂ ਨੇ ਸਾਰੀਆਂ ਨੇ ਇੱਥੇ ਆ ਕੇ ਅੱਜ ਕਾਰਡ ਬਣਵਾਏ ਆ ਅਤੇ ਅਸੀਂ ਨਾਲ ਨਾਲ ਉਹਨਾਂ ਨੂੰ ਅਪੀਲ ਵੀ ਕੀਤੀ ਆ ਵੀ ਜੇਕਰ ਅੱਜ ਕੋਈ ਰਹਿ ਗਿਆ ਤਾਂ ਉਹ ਬਾਅਦ ਵਿੱਚ ਵੀ ਆ ਕੇ ਇਹ ਕਾਰਡ ਜ਼ਰੂਰ ਬਣਵਾਉਣ ਇਸ ਦਾ ਬਹੁਤ ਲਾਭ ਹੈ ਅਤੇ ਤਾਂ ਜੋ ਅਸੀਂ ਜੋ ਕੋਈ ਵੀ ਦੁਰਘਟਨਾ ਵਾਪਰਦੀ ਹੈ ਅਤੇ ਉਸ ਤੋਂ ਅਸੀਂ ਇਹਦਾ ਸਿਹਤ ਬੀਮਾ ਯੋਜਨਾ ਦੇ ਤਹਿਤ ਲਾਭ ਉਠਾ ਸਕੀਏ ਫ੍ਰੀ ਔਫ ਕੋਸਟ ਇਲਾਜ ਹੁੰਦਾ ਹੈ ਜੋ ਉਸ ਦਾ ਅਸੀਂ ਫਾਇਦਾ ਉਠਾ ਸਕੀਏ ਧੰਨਵਾਦ ਜੀ।